₹300 ਫੀਸ ਨੂੰ ਅਗਰ ਕੈਲਕੂਲੇਸ਼ਨ ਕਰਾਂ ਪਰ ਡੇ ₹10 ਬਣਿਆ ਜੀ, ₹10 ਵੀ ਸਾਡੀ ਵੈਲਿਊ ਹੈ। ਇੱਕ 8 ਘੰਟੇ ਮਜ਼ਦੂਰ ਕੰਮ ਕਰਨ ਵਾਲਾ ₹350 ਦਿਹਾੜੀ ਲਿਆ 8 ਘੰਟੇ ਕੇ, ₹30 ₹300 ₹10 ਇੱਕ ਤਰੀਕੇ ਬਣੇ ਜੀ। 6 ਘੰਟੇ ਤੋਂ ਸਕੂਲ ਲੱਗ ਰਿਹਾ ਜੀ, 1 ਘੰਟੇ ਹੀ ਸਾਨੂੰ ਕੁਛ ਵੀ ਨਹੀਂ ਐਵਰੇਜ ਪੜ੍ਹਦੇ ਸਾਡੇ ਸਾਹਿਬ, ਉਸਨੂੰ ਵੀ ਡੋਨ ਗੇਟਦੇ ਹਾਂ ₹300 ਲੈ ਇੰਨੇ ਦੇ। है कोई माई जो ₹2 में अपना बच्चा किसी को, हम किसी माई को ₹2 में पर डे में एक बच्चा खाली रुखवाली के लिए खेलने वाले, हाँ जी, हम उसको ₹2 में एजुकेशन भी देते हैं, उसको हैंडल भी करते हैं और सारी फैसिलिटीज प्रोवाइड करते हैं, और फिर भी सोसाइटी में टीचिंग की वो कदर नहीं है जो पुराने ਗੁਰੂਪੁਰਸ ਮੇਂ ਥੀ। ਮੈਮ ਸਾਨੂੰ ਮਤਲਬ ਕੁਆਲਿਟੀ ਐਜੂਕੇਸ਼ਨ ਦੀ ਜਿੱਦਾਂ ਗੱਲ ਹੈਗੀ ਆ, ਉਸ ਵਿੱਚ ਕੀ ਹੈ ਕਿ ਜਿਹੜੇ ਸਾਡੇ ਪੇਰੈਂਟਸ ਜਿਸ ਤਰੀਕੇ ਨਾਲ ਦੱਸ ਰਹੇ ਆ ਕਿ ਇਹ ਚਾਹੁੰਦੇ ਆ ਕਿ ਫੀਸ ਦੀ ਬਾਰਗੇਨਿੰਗ ਬਹੁਤ ਫ੍ਰੀ ਆਫ ਕਾਸਟ ਗਵਰਨਮੈਂਟ ਉਹਨਾਂ ਨੂੰ ਦੇ ਰਹੀ ਹੈ ਸਾਰਾ ਕੁਛ, ਤਾਂ ਉਹ ਕਹਿ ਰਿਹਾ ਕਿ ਸਾਨੂੰ ਵੀ ਦਿੱਤਾ ਜਾਵੇ ਲੰਚ ਪ੍ਰੋਵਾਈਡ ਕੀਤਾ ਜਾਵੇ, ਪਰ ਉਹ ਫੈਸਿਲਿਟੀ ਅਸੀਂ ਬੱਚਿਆਂ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਉਹ ਜਾਂ ਤਾਂ ਉਹ ਫੀਸ ਦੇਣ ਪੂਰੀ, ਫਿਰ ਅਸੀਂ ਫੀਸ ਦੇ ਲਈ ਵੀ ਉਹਨਾਂ ਦਾ ਇਹੀ ਹੁੰਦਾ ਕਿ ਕੋਈ ਗੱਲ ਨਹੀਂ ਜੀ ਥੋੜ੍ਹੇ ਟਾਈਮ ਬਾਅਦ ਲੈ ਲਿਓ, 2 ਮਹੀਨੇ ਬਾਅਦ ਲੈ ਲਿਓ, ਟੀਚਰਸ ਮਿਲਦੇ ਨਹੀਂ ਫਿਰ ਘੱਟ ਪੈਸੇ ਤੇ, ਉਹ ਤਾਂ ਉਹਨਾਂ ਦਾ ਤਾਂ ਉਹੀ ਹੈ 350 ਹਰ ਸਾਲ। ਕਾਫੀ ਜ਼ਿਆਦਾ ਲੋਕਾਂ ਕੇ ਪਾਸ ਫੀਸ ਰਹਿ ਜਾਂਦੀ ਹੈ, ਲੋਕ ਇੱਧਰ ਸੇ ਉੱਧਰ ਸਕੂਲ ਬਦਲ ਕੇ ਬੱਚੋਂ ਕੋ, ਬਾਕੀ ਮੇਰੇ ਪਾਸ ਕਿਰਾਏ ਕੀ ਬਿਲਡਿੰਗ ਹੈ, ਅਗਰ ਮੈਂ ਆਪਣੀ ਬਿਲਡਿੰਗ ਬਣਾ ਕੇ ਚਲਾਉਣਾ ਚਾਹੂੰ ਤਾਂ ਪਹਿਲੇ ਤੋਂ ਮੈਕਸੀਮਮ ਮਿਨੀਮਮ ਕਰੋੜ ਰੁਪਈਆ ਮੈਨੂੰ ਚਾਹੀਏ, ਤਾਂ ਵੀ ਮੈਂ ਬਿਲਡਿੰਗ ਲੈਂਡ ਖਰੀਦੂੰਗਾ ਔਰ ਬਿਲਡਿੰਗ, ਸੋ ਇਤਨਾ ਲਗਾ ਕਰਕੇ ਇਸ ਵਿੱਚ ਨਿਕਲਣਾ ਨਹੀਂ, ਇਹੀ ਪ੍ਰੋਬਲਮ। ਪਾਰਟੀ ਕੇ ਅੰਡਰ ਹਮੇ ਪ੍ਰੋਬਲਮਸ ਆ ਰਹੀ ਹੈ ਕਿ ਜੋ ਇਨਕੀ ਫਾਰਮੈਲਿਟੀਜ਼ ਹੈ ਜਾਂ ਇਨਕੇ ਨੋਰਮਸ ਹੈ ਵੋ ਕਾਫੀ ਹਾਰਡ ਹੈ ਹਮਾਰੇ ਲੀਏ, ਸਪੈਸ਼ਲੀ ਫੋਰ ਲੈਂਡ, ਜ਼ਮੀਨ ਕੇ ਰਿਗਾਰਡਿੰਗ ਜੋ ਇਨਕੀ ਕੰਡੀਸ਼ਨਸ ਹੈ ਵੋ ਫੁਲਫਿਲ ਕਰਨੀ ਮੁਸ਼ਕਿਲ ਹੈ, ਕਿਉਂਕਿ ਲੈਂਡ ਕੀ ਕੋਸਟ ਕਾਫੀ ਜ਼ਿਆਦਾ ਹੈ, ਵੋ ਹਮ ਲੋਕ ਪਰਚੇਜ਼ ਨਹੀਂ ਕਰ ਸਕਦੇ। ਲੇਕਿਨ ਕੰਪੇਅਰ ਟੂ ਗੌਰਮੈਂਟ ਸਕੂਲ ਹਮਾਰੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਹੈ, ਇਨਸੇ ਬੈਟਰ ਹੈ ਗੌਰਮੈਂਟ ਸਕੂਲਸ, और इसी कारण से बच्चे हमारे पास आते हैं। सेकंड, हमारी लो कॉस्ट फीस होती, फीस काफ़ी लो है और उसको सभी अफोर्ड कर सकते हैं, 300 से लेकर 500 के बीच में। एक तो कह रहे हैं कि किसी क्वालिफाइड टीचर मिलने नहीं है, तो सानू असं दूसरे क्वालिफाइड रख नहीं सकते सैलरी के वजह, दूसरे सानू मिलते हैं वो सानू गवर्नमेंट नहीं रख देती, फिर रोज़ लैटर आ जाती है ਕੋਈ ਅੱਜ ਫੰਡ ਜਮ੍ਹਾਂ ਕਰਾਓ, ਅੱਜ ਇਹ ਹੋ ਗਿਆ, ਅੱਜ ਸਪੋਰਟਸ ਦਾ ਹੋ ਗਿਆ, ਉਸ ਅਸੀਂ ਬੱਚਿਆਂ ਤੋਂ ਰੋਜ਼ ਨਹੀਂ ਨਾ ਕੋਈ ਵੀ ਚੀਜ਼ ਲੈ ਸਕਦੇ, ਇੱਕੋ ਵਾਰੀ ਉਹਨਾਂ ਕੋਲ ਬੜੇ ਬੜੇ ਜਿਹੜੇ ਗੌਰਮੈਂਟ ਸਕੂਲੋਂ ਕੇ ਦਿਆ ਜਾ ਰਹਾ ਹੈ ਉਹ ਵਰਦੀ ਦੇ ਰਹੇ ਹੈ, ਬੱਚੇ ਦੇ ਰਹੇ ਹੈ ਫ੍ਰੀ, ਲੰਚ ਦੇ ਰਹੇ ਹੈ, ਆਪ ਲੋਕ ਕਿਉਂ ਨਹੀਂ ਦੇ ਰਹੇ, ਸਾਈਕਲ ਦੇ ਰਹੇ ਹੈ ਉਹ ਫ੍ਰੀ, ਉਹ ਸਾਈਕਲ ਦੇ ਰਹੇ ਹੈ, ਸਕਾਲਰਸ਼ਿਪਸ ਮਿਲ ਰਹੀ ਹੈ, ਉਹਦੇ ਹਮਾਰਾ ਮਨ ਤਾਂ ਪ੍ਰਾਪਤ ਹੈ ਫਿਰ ਦਿੱਤੇ ਕਿਉਂ ਨਹੀਂ, ਆਪ ਲੋਕ ਕਿਉਂ ਨਹੀਂ ਦਿੱਤੇ, ਹਮੇ ਫੈਸਿਲਿਟੀ ਆ ਨਹੀਂ ਰਹੀ, ਮੈਨੂੰ ਉਹ ਕੰਪੇਅਰ ਕਰ ਰਹੀ ਹੈ ਗੌਰਮੈਂਟ ਸਕੂਲ ਕੇ ਸਾਥ।